ਹਰਿਆਣਾ ਦੇ ਵਿਧਾਨ ਸਭਾ ਇਲੈਕਸ਼ਨਸ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ ਅੰਦਰ ਭਾਜਪਾ ਦਫ਼ਤਰਾਂ ਦੇ ਵਿੱਚ ਜਿਹੜਾ ਕਿ ਖੁਸ਼ੀ ਦਾ ਮਾਹੌਲ ਹੈ, ਤੁਸੀਂ ਦੇਖ ਸਕਦੇ ਹੋ, ਜਸ਼ਨ ਮਨਾਏ ਜਾ ਰਹੇ ਨੇ ਖੰਨਾ ਸਮਾਰਕ ਅੰਮ੍ਰਿਤਸਰ ਵਿਖੇ ਭਾਜਪਾ ਦਫ਼ਤਰ ਵਿੱਚ, ਜਿੱਥੇ ਕਿ ਸਾਬਕਾ ਸਾਂਸਦ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਅਤੇ ਹੋਰ ਬਹੁਤ ਸਾਰੇ ਆਗੂ ਸਾਹਿਬਾਨ ਇੱਥੇ ਪਹੁੰਚੇ ਹੋਏ ਨੇ, ਕਿਉਂਕਿ ਵੱਡਾ ਉਲਟ ਫਿਰ ਹੋਇਆ। ਪਹਿਲਾਂ ਜੇ ਗੱਲ ਕਰੀਏ ਨਤੀਜਿਆਂ ਦੀ, ਰੁਝਾਨਾਂ ਦੀ, ਤਾਂ ਕਾਂਗਰਸ ਜਿਹੜੀ ਕਿ ਉਹ ਹਰਿਆਣਾ ਵਿੱਚ ਅੱਗੇ ਜਾ ਰਹੀ ਸੀ, ਪਰ ਜੂ ਜੂ ਸਮਾਂ ਬੀਤਦਾ ਗਿਆ ਅਤੇ ਉਸ ਤੋਂ ਬਾਅਦ ਭਾਜਪਾ ਜਿਹੜੀ ਕਿ ਉਹ ਅੱਗੇ ਵਧੀ, ਔਰ ਭਾਜਪਾ ਵੱਲੋਂ ਹੈਟ੍ਰਿਕ ਜਿਹੜੀ ਕਿ ਲਗਾਈ ਗਈ ਹੈ ਵਿਧਾਨ ਸਭਾ ਹਰਿਆਣਾ 'ਚ ਇਲੈਕਸ਼ਨ ਵਿੱਚ, ਜਿੱਥੇ ਕਿ ਵੱਡੀ ਜਿੱਤ ਦਰਜ ਕੀਤੀ ਗਈ ਭਾਜਪਾ ਵੱਲੋਂ, ਔਰ ਭਾਜਪਾ ਹੀ ਬਹੁਤ ਅੱਜ ਖੁਸ਼ ਵਿਖਾਈ ਦੇ ਰਹੇ ਨੇ ਔਰ ਢੋਲ ਦੀ ਥਾਪ 'ਤੇ ਜਸ਼ਨ ਮਨਾਏ ਜਾ ਰਹੇ ਨੇ। ਇੱਕ ਪਾਸੇ ਤੁਹਾਨੂੰ ਗੱਲ ਕਰ ਲਈਏ, ਪਹਿਲੇ ਸ਼ੁਰੂਆਤੀ ਰੋਜ਼ਾਨਾ ਵਿੱਚ ਕਾਂਗਰਸੀਆਂ ਵੱਲੋਂ ਜਿਹੜਾ ਕਿ ਢੋਲ ਅਤੇ ਮਿਠਾਈ ਵੰਡੀ ਗਈ ਸੀ, ਜਲੇਬੀਆਂ ਵੰਡੀਆਂ ਗਈਆਂ ਸੀ, ਪਰ ਉਹਨਾਂ ਵੱਲ ਹੁਣ ਮਯੂਸੀ ਛਾਈ ਹੋਈ ਹੈ ਕਾਂਗਰਸੀਆਂ ਵੱਲ, ਜਿੱਥੇ ਕਿ ਭਾਜਪਾ ਦੇ ਦਫ਼ਤਰਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ, ਕਿਉਂਕਿ ਹਰਿਆਣਾ ਵਿਧਾਨ ਸਭਾ ਇਲੈਕਸ਼ਨਸ ਵਿੱਚ ਭਾਜਪਾ ਨੇ ਹੈਟ੍ਰਿਕ ਦਰਜ ਕੀਤੀ ਹੈ। ਅਤੇ ਹਰਿਆਣਾ ਵਿਧਾਨ ਸਭਾ ਇਲੈਕਸ਼ਨਸ ਵਿੱਚ ਭਾਜਪਾ ਨੇ ਲਗਾਤਾਰ ਹੈਟ੍ਰਿਕ ਦਰਜ ਕੀਤੀ ਹੈ, ਔਰ ਕਿ ਜਿੱਥੇ ਕਿ ਪੂਰੇ ਦੇਸ਼ ਭਰ ਵਿੱਚ ਭਾਜਪਾ ਦਫ਼ਤਰਾਂ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਜਿੱਥੇ ਕਿ ਖੰਨਾ ਸਮਾਰਕ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਨੇ, ਸਾਬਕਾ ਸਾਂਸਦ ਸ਼ਵੇਤ ਮਲਿਕ ਉੱਥੇ ਪਹੁੰਚੇ ਨੇ। ਸਰ, ਕੀ ਕਹਿਣਾ ਜੀ, ਲਗਾਤਾਰ ਵੱਡਾ ਉਲਟ ਫੇਰ ਵਿਖਾਈ ਦੇ ਰਹੇ ਸੀ, ਪਹਿਲੇ ਰੋਜ਼ਾਨਾ ਵਿੱਚ ਕਾਂਗਰਸ ਅੱਗੇ ਸੀ, ਬਾਅਦ ਵਿੱਚ ਭਾਜਪਾ ਨੇ ਸਰਕਾਰ ਬਣਾਈ ਹਰਿਆਣਾ ਵਿੱਚ? ਐਸਾ ਹੈ ਕਿ ਇਸ ਚੋਣਾਂ ਨੇ ਫਿਰ ਇੱਕ ਵਾਰੀ ਸਿੱਧ ਕਰਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿੱਥੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਨੇ, ਉੱਥੇ ਅੱਜ ਵੀ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਨੇ, ਕਿ ਜੋ ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰੀ ਅਸੀਂ ਹੈਟ੍ਰਿਕ ਬਣਾਈ ਹੈ ਔਰ ਕਾਂਗਰਸ ਨੂੰ ਮੂੰਹ ਤੋੜ ਪਰਾਜੈ ਦਿੱਤੀ ਹੈ, ਪੂਰਨ ਬਹੁਮਤ ਦੀ ਸਰਕਾਰ ਔਰ ਇਤਿਹਾਸਿਕ ਸੀਟਾਂ ਜਨਤਾ ਨੇ ਸਾਨੂੰ ਦਿੱਤੀਆਂ ਨੇ। ਮੈਂ ਹਰਿਆਣੇ ਔਰ ਜੰਮੂ ਕਸ਼ਮੀਰ ਦੋਨੋਂ ਪ੍ਰਦੇਸ਼ਾਂ ਦੀ ਜਨਤਾ ਦਾ ਧੰਨਵਾਦ ਕਰਨਾ ਵਾਂ ਕਿ ਵੱਡੀ ਸੰਖਿਆ ਵਿੱਚ ਉਹਨਾਂ ਨੇ ਸਾਨੂੰ ਵੋਟ ਪਾਏ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਜਿਹੜੀ ਕਿ 99 ਸੀਟਾਂ ਜਿੱਤ ਕੇ ਕੇਵਲ 99 542 ਦੀ ਲੋਕ ਸਭਾ ਜਿੱਤ ਦਾ ਜਸ਼ਨ ਮਨਾ ਰਹੀ ਸੀ ਔਰ ਕੁਪ੍ਰਚਾਰ ਕਰ ਰਹੀ ਸੀ, ਅੱਜ ਕਾਂਗਰਸ ਲਈ ਕੋਈ ਜਗ੍ਹਾ ਨਹੀਂ ਰਹਿ ਗਈ। ਰਾਹੁਲ ਗਾਂਧੀ ਨੂੰ ਦੇਸ਼ ਨੇ ਨਕਾਰ ਦਿੱਤਾ, ਰਾਹੁਲ ਗਾਂਧੀ ਇੱਕ ਬਾਲ ਬੁੱਧੀ ਨੇਤਾ ਹੈ। ਸੋ ਅੱਜ ਇਹ ਚੁਣਾਵਾਂ ਨੇ ਨਿਸ਼ਚਿਤ ਕਰਤਾ। ਉਹਨਾਂ ਦੀ ਪ੍ਰਵਕਤਾ ਪ੍ਰਿਯੰਕਾ ਨੇ ਵੀ ਕਹਿਤਾ ਕਿ ਹੁਣ ਕਾਂਗਰਸ ਦੀ ਇਹ ਸਥਿਤੀ ਨਹੀਂ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਇਕੱਲਾ ਮੁਕਾਬਲਾ ਕਰ ਸਕੇ। ਸੋ ਇੱਥੋਂ ਹੀ ਸਿੱਧ ਹੁੰਦਾ ਕਿ ਕਾਂਗਰਸ ਅੱਜ ਖਤਮ ਹੁੰਦੀ ਜਾ ਰਹੀ ਹੈ, ਦੇਸ਼ ਕਾਂਗਰਸ ਮੁਕਤ ਹੋਣ ਜਾ ਰਿਹਾ। ਸੋ ਆਉਣ ਵਾਲੇ ਸਮੇਂ 'ਚ ਹਰ ਦਿਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦਾ ਜਿੰਨੇ ਚੁਣਾਵ ਆਉਣ ਵਾਲੇ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਚੁਣਾਵ ਨੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਲਗਾਤਾਰ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣੇ ਨੇ, 60 ਸਾਲ ਬਾਅਦ ਕੋਈ ਆਪੋਜੀਸ਼ਨ ਦਾ ਨੇਤਾ ਲਗਾਤਾਰ ਪ੍ਰਧਾਨ ਮੰਤਰੀ ਤੀਸਰੀ ਵਾਰੀ ਬਣਿਆ। ਸੋ ਉਹੀ ਇਤਿਹਾਸ ਦੀ ਪੁਨਰਾਵ੍ਰਿਤੀ ਹੋ ਰਹੀ ਹੈ, ਜਿਹੜੀ ਕਿ ਹਰਿਆਣਾ ਔਰ ਜੰਮੂ ਕਸ਼ਮੀਰ ਵਿੱਚ ਵੀ ਸਾਨੂੰ ਇਤਿਹਾਸਿਕ ਸੀਟਾਂ ਮਿਲੀਆਂ ਨੇ। ਸਾਨੂੰ ਵੱਡਾ ਜਿਹੜਾ ਮਤਦਾਨ ਲੋਕਾਂ ਨੇ ਸਾਡੇ ਪਕਸ਼ 'ਚ ਜੰਮੂ ਕਸ਼ਮੀਰ ਵਿੱਚ ਕੀਤਾ। ਮੈਂ ਹਰਿਆਣਾ ਔਰ ਜੰਮੂ ਕਸ਼ਮੀਰ ਦੀ ਜਨਤਾ ਦਾ ਧੰਨਵਾਦੀ ਹਾਂ ਔਰ ਸਾਰੇ ਦੇਸ਼ ਦੇ ਦੇਸ਼ ਵਾਸੀਆਂ ਨੂੰ
ਵਧਾਈ ਦੇਣਾ ਵਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਆਸ਼ੀਰਵਾਦ ਦਿੱਤਾ ਔਰ ਅੱਜ ਫਿਰ ਇੱਕ ਵਾਰੀ ਬਾਰ ਬਾਰ ਜਿਹੜੀ ਜਿੱਤ ਹੋ ਰਹੀ ਹੈ, ਛੱਤੀਸਗੜ੍ਹ 'ਚ ਜਿੱਤ ਹੋਈ, ਰਾਜਸਥਾਨ 'ਚ ਜਿੱਤ ਹੋਈ, ਮੱਧ ਪ੍ਰਦੇਸ਼ 'ਚ ਜਿੱਤ ਹੋਈ, ਸੋ ਲੋਕ ਸਭਾ 'ਚ ਵੀ ਸਾਨੂੰ ਜਿੱਤ ਪ੍ਰਾਪਤ ਜਿਹੜੀ ਕੀ ਦਿੱਤੀ ਹੈ, ਸੋ ਜਿੱਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ 24 ਘੰਟੇ 365 ਦਿਨ ਭਾਰਤ ਦੇ ਜਿਹੜੇ ਅੱਜ 145 ਕਰੋੜ ਦੇਸ਼ ਵਾਸੀ ਨੇ ਉਹਨਾਂ ਦੀ ਦੇਸ਼ ਸੇਵਾ ਦੇ ਵਿੱਚ ਨਿਰੰਤਰ ਲੱਗਾ ਰਹੇਗਾ। ਸਾਹਿਬ, ਸ਼ੁਰੂਆਤੀ ਜਨਾਂ ਵਿੱਚ ਕਾਂਗਰਸੀ ਨੇ ਜਲੇਬੀਆਂ ਵੰਡਤੀਆਂ, ਢੋਲ ਢਮਾਕੇ ਦੀ ਖੁਰਾਕ ਤੇ ਨੱਚਣਾ ਸ਼ੁਰੂ ਕਰ ਦਿੱਤਾ। ਮੈਂ ਸਮਝਦਾ ਵਾਂ ਖਿਸਿਆਨੀ ਬਿੱਲੀ ਖੰਭਾ ਨੋਚੇ, ਇਹ ਉਹਨਾਂ ਦੀ ਹਤਾਸ਼ਾ ਦਾ ਪ੍ਰਤੀਕ ਹੈ ਔਰ ਉਹਨਾਂ ਦੀ ਇਮਚੋਰਟੀ ਦਾ ਪ੍ਰਤੀਕ ਹੈ। ਸੋ ਕਾਂਗਰਸ ਇਸ ਵੇਲੇ ਜਿਸ ਤਰ੍ਹਾਂ ਮੱਛੀ ਤੜਫਦੀ ਹੈ ਤਾਕਤ ਦੇ ਬਿਨਾਂ, ਉਹ ਭ੍ਰਿਸ਼ਟਾਚਾਰੀ ਨੇ, ਉਹਨਾਂ ਦਾ ਭ੍ਰਿਸ਼ਟਾਚਾਰ ਦੀ ਦੁਕਾਨ ਬੰਦ ਹੋ ਗਈ ਹੈ ਕਾਂਗਰਸ ਦੀ। ਉਹ ਦੁਕਾਨ ਖੋਲ੍ਹਣਾ ਚਾਹੁੰਦੇ ਨੇ ਪਰ ਉਹ ਖੁੱਲ੍ਹ ਨਹੀਂ ਪਾ ਰਹੀ ਕਿਉਂਕਿ ਬੱਬਰ ਸ਼ੇਰ ਪ੍ਰਧਾਨ ਮੰਤਰੀ ਮੋਦੀ ਚੌਂਕੀਦਾਰ ਬਣ ਕੇ ਉਹ ਕਾਂਗਰਸੀ ਭ੍ਰਿਸ਼ਟਾਚਾਰੀਆਂ ਦੇ ਉੱਪਰ ਬੈਠ ਗਿਆ। ਤਾਂ ਇਸ ਕਰਕੇ ਕਾਂਗਰਸੀਆਂ ਨੂੰ ਸਵੇਰੇ ਬੜੀ ਸ਼ਰਮਿੰਦਗੀ ਉਠਾਉਣੀ ਪਈ ਜਦੋਂ ਲੱਡੂਆਂ ਦੇ ਡੱਬੇ ਲੈ ਕੇ ਆ ਗਏ ਔਰ ਬਾਅਦ ਦੀ ਸ਼ਰਮਿੰਦਗੀ 'ਚ ਉਹ ਲੱਡੂ ਲੈ ਕੇ ਉਹਨਾਂ ਨੂੰ ਘਰ ਸ਼ਰਮਿੰਦਗੀ 'ਚ ਵਾਪਸ ਜਾਣਾ ਪਿਆ। ਸਭ ਪੰਜਾਬ ਅੰਦਰ 4 ਜਗ੍ਹਾ 'ਤੇ ਬਾਈ ਇਲੈਕਸ਼ਨ ਹੋਣੇ, ਕੀ ਤਿਆਰੀਆਂ? ਤਰਵੀਨ 4 ਜਗ੍ਹਾ ਆ ਗਿਆ ਚੱਬੇਵਾਲ ਹਲਕੇ ਦਾ, ਉਸਦੇ ਬਾਰੇ? ਚਾਰੋਂ ਦੀਆਂ ਚਾਰੋਂ ਸੀਟਾਂ ਭਾਰੀ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਜਿੱਤੇਗੀ। ਤੁਹਾਨੂੰ ਪਤਾ ਹੀ ਹੈ ਕਿ ਇੱਕੋ ਹੀ ਪਾਰਟੀ ਹੈ ਲੋਕ ਸਭਾ 'ਚ ਜਿਹਦਾ ਵੋਟ ਸ਼ੇਅਰ ਵਧਿਆ 8% ਤੋਂ 19%, ਆਮ ਆਦਮੀ ਪਾਰਟੀ ਦਾ ਵੀ ਵੋਟ ਸ਼ੇਅਰ ਘਟਿਆ 26% ਦੇ ਔਰ ਕਾਂਗਰਸ ਦਾ ਵੋਟ ਸ਼ੇਅਰ ਵੀ ਘਟਿਆ 26% ਦੇ ਔਰ ਅਕਾਲੀ ਦਲ ਤਾਂ ਬਿਲਕੁਲ ਹੀ ਖਤਮ ਹੋ ਗਿਆ 13% ਦੇ। ਸੋ ਅੱਜ ਸਾਰੇ ਦੇਸ਼ ਦਾ ਵਿਸ਼ਵਾਸ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ 'ਚ ਔਰ ਪੰਜਾਬ ਦਾ ਵਿਸ਼ਵਾਸ ਉਹ ਵੀ ਭਾਰਤੀ ਜਨਤਾ ਪਾਰਟੀ 'ਚ ਹੈ ਔਰ ਇਹ ਪੱਥਰ 'ਤੇ ਲਿਖਿਆ ਕਿ 2027 ਦੀ ਜੋ ਸਰਕਾਰ ਬਣਨ ਵਾਲੀ ਹੈ ਪੰਜਾਬ ਵਿੱਚ, ਉਹ ਹਰਿਆਣੇ ਦੀ ਤਰ੍ਹਾਂ ਪੰਜਾਬ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ, ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਬਣੇਗਾ। ਥੈਂਕ ਯੂ ਜੀ ਮਿਹਰਬਾਨੀ। ਇਹ ਨੇ ਸਾਬਕਾ ਸਾਂਸਦ ਸ਼ਵੇਤ ਮਲਿਕ, ਜਿਨ੍ਹਾਂ ਨੇ ਆਖਿਆ ਵੀ ਹੁਣ ਹਰਿਆਣਾ ਵਿੱਚ ਜਿੱਥੇ ਕਿ ਭਾਜਪਾ ਨੇ ਹੈਟ੍ਰਿਕ ਦਰਜ ਕੀਤੀ ਹੈ, ਉਸ ਤੋਂ ਬਾਅਦ ਹੁਣ ਪੰਜਾਬ ਅੰਦਰ ਵੀ ਜਿਹੜੀਆਂ ਬਾਈ ਇਲੈਕਸ਼ਨ ਹੋਣ ਵਾਲੀਆਂ ਨੇ ਵਿਧਾਨ ਸਭਾ ਦੀਆਂ ਔਰ ਜਿਹੜੇ ਕਿ 2027 ਵਿੱਚ ਇਲੈਕਸ਼ਨ ਹੋਣੀਆਂ ਵਿਧਾਨ ਸਭਾ ਦੀਆਂ, ਉਹਨਾਂ ਵਿੱਚ ਵੀ ਭਾਜਪਾ ਜਿਹੜੀ ਕਿ ਜਿੱਤ ਦਰਜ ਕਰੇਗੀ ਅਤੇ ਆਪਣੀ ਸਰਕਾਰ ਜਿਹੜੀ ਕਿ ਉਹ ਬਣਾਏਗੀ। ਜ਼ਿਲ੍ਹਾ ਅੰਮ੍ਰਿਤਸਰ ਦੇ ਵਾਈਸ ਪ੍ਰਧਾਨ ਸਰਬਜੀਤ ਸਿੰਘ ਛੰਟੀ ਵੀ ਇੱਥੇ ਨੇ ਗੱਲਬਾਤ ਕਰ ਰਹੇ। ਭਾਅ ਜੀ, ਕਿੰਨਾ ਕੁ ਉਤਸ਼ਾਹ ਆ ਜੀ? ਇੱਕ ਵਾਰ ਤਾਂ ਡਗਮਗਾ ਗਈ ਸੀ ਪਹਿਲੇ ਸ਼ੁਰੂਆਤੀ ਚਰਨਾਂ ਵਿੱਚ ਬੀਜੇਪੀ, ਉਸ ਤੋਂ ਬਾਅਦ ਜਿੱਤ ਹਾਸਲ ਕੀਤੀ ਹੈ ਹਰਿਆਣਾ ਵਿੱਚ, ਕੀ ਕਹਿਣਾ? ਮੈਂ ਇੱਕ ਗੱਲ ਸਿਕੰਦਰ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜ਼ਰੂਰ ਕਹਿਣਾ ਚਾਹਾਂਗਾ। ਪਹਿਲੇ ਤਾਂ ਸਭ ਤੋਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਔਰ ਖਾਸ ਕਰਕੇ ਹਰਿਆਣੇ ਅਤੇ ਜੰਮੂ ਕਸ਼ਮੀਰ ਦੇ ਸਾਡੇ ਜਿਹੜੇ ਕਾਰਜਕਰਤਾ ਜਿਨ੍ਹਾਂ ਨੇ ਵੋਟ ਪਾਈ ਹੈ ਉਹਨਾਂ ਦਾ ਧੰਨਵਾਦ ਕਰਦੇ ਹਾਂ। ਹਰਿਆਣੇ ਦੀ ਜਿਹੜੀ ਪ੍ਰਚੰਡ ਬਹੁਮਤ ਦੇ ਵਿੱਚ ਜਿੱਤ ਮਿਲੀ ਹੈ ਤੀਸਰੀ ਵਾਰੀ, ਤੁਸੀਂ ਦੇਖ ਰਹੇ ਹੋ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੇ ਕਾਰਿਆਲੇ ਦੇ ਵਿੱਚ ਕਿਸ ਤਰ੍ਹਾਂ ਜਸ਼ਨ ਦਾ ਮਾਹੌਲ ਹੈ, ਪਟਾਕੇ ਚੱਲ ਰਹੇ ਨੇ, ਭੰਗੜੇ ਦੀ ਥਾਪ 'ਤੇ ਲੋਕ ਨੱਚ ਰਹੇ ਨੇ, ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਰਹੇ ਨੇ, ਤੁਸੀਂ ਦੇਖ ਰਹੇ ਹੋ ਵੀ ਕਿੰਨੀ ਕੁ ਖੁਸ਼ੀ ਹੈ ਕਾਰਜਕਰਤਾ ਦੇ ਵਿੱਚ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦਾ, ਜਿਨ੍ਹਾਂ ਦੀ ਜਨ ਕਲਿਆਣਕਾਰੀ ਨੀਤੀਆਂ ਜਿਹੜੀਆਂ ਉਹਨਾਂ ਨੇ ਯੋਜਨਾਵਾਂ ਸ਼ੁਰੂ ਕੀਤੀਆਂ ਸੀ ਉਹ ਜ਼ਮੀਨੀ ਸਤਰ 'ਤੇ ਵਿੱਚ ਲੋਕਾਂ ਨੂੰ ਲਾਭ ਹੋਇਆ ਔਰ ਇਹ ਲਾਭਦਾਈ ਉਹਨਾਂ ਨੂੰ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਹੈ ਜਿਹੜੀ ਸਾਡੀ ਜਿੱਤ ਹੋਈ ਹੈ। ਮੈਂ ਰਾਹੁਲ ਗਾਂਧੀ ਜੀ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਜਿਹੜੀ ਫੈਕਟਰੀ ਦੇ ਵਿੱਚ ਉਹ ਜਲੇਬੀਆਂ ਉਹਨਾਂ ਨੇ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਨਾ ਸਵੇਰੇ, ਜਿਹੜਾ ਮੂੰਹ ਮਿੱਠਾ ਸਵੇਰੇ ਹੀ ਕਰਾਉਣਾ ਸ਼ੁਰੂ ਕਰਤਾ ਸੀ, ਉਹ ਜਲੇਬੀਆਂ ਦੀ ਫੈਕਟਰੀ 'ਚੋਂ ਅਸੀਂ ਜਲੇਬੀਆਂ ਮੰਗਾ ਲਈਆਂ। ਤੁਸੀਂ ਦੇਖ ਰਹੇ ਹੋ ਵੀ ਕਾਰਜਕਰਤਾ ਨੇ ਲੱਡੂਆਂ ਦੇ ਨਾਲ ਜਲੇਬੀਆਂ ਨਾਲ ਵੀ ਅਸੀਂ ਮੂੰਹ ਮਿੱਠਾ ਕਰਾਇਆ ਵਾ। ਜਲੇਬੀਆਂ ਫੈਕਟਰੀ 'ਚ ਮਿਲਣਗੀਆਂ? ਹਾਂ ਬਿਲਕੁਲ ਜੀ, ਜਲੇਬੀਆਂ ਤੁਹਾਨੂੰ ਜਦੋਂ ਚਾਹੀਦੀਆਂ ਹੋਣਗੀਆਂ, ਅਸੀਂ ਨਾ ਹੀ ਜਲੇਬੀ ਦਾ ਰਾਹੁਲ ਗਾਂਧੀ ਦੀ ਜਲੇਬੀ ਪਾ ਦਿੱਤਾ ਵਾ, ਇੱਥੇ ਆ ਕੇ ਤੁਸੀਂ ਆਓ ਰਾਹੁਲ ਗਾਂਧੀ ਦੀ ਜਲੇਬੀ ਖਾਓ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਭਾਅ ਜੀ, ਜਿਹੜੇ ਲੋਕ
ਗਾਲਾਂ ਕੱਢਦੇ ਸੀ ਮੋਦੀ ਸਾਹਿਬ ਨੂੰ, ਉਹਨਾਂ ਨੂੰ ਕਹਿੰਦੇ ਸੀ ਵੀ ਮੋਦੀ ਇਸ ਤਰ੍ਹਾਂ, ਮੋਦੀ ਉਸ ਤਰ੍ਹਾਂ। ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਨਾ ਮੋਦੀ ਜੀ ਗਿਰੇ, ਨਾ ਉਨਕੀ ਉਮੀਦੋਂ ਕੇ ਮੀਨਾਰ ਗਿਰੇ, ਪਰ ਕਈ ਲੋਕ ਉਨਕੇ ਇਨਕੋ ਗਿਰਾਨੇ ਮੇਂ ਕਈ ਕਈ ਵਾਰ ਗਿਰੇ। ਮੋਦੀ ਜੀ ਦੀ ਇਹ ਜਿਹੜੀਆਂ ਨੀਤੀਆਂ ਨੇ, ਜਿਹੜੀਆਂ ਯੋਜਨਾਵਾਂ ਨੇ, ਜਿਹੜਾ ਉਹਨਾਂ ਨੇ ਕੰਮ ਕੀਤਾ ਜ਼ਮੀਨੀ ਸਤਰ 'ਤੇ। ਔਰ ਮੈਂ ਇੱਕ ਗੱਲ ਦਾ ਹੋਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵਧਾਈ ਦੇਣਾ ਚਾਹੁੰਦਾ ਵੀ ਕੱਲ੍ਹ 7 ਅਕਤੂਬਰ ਸੀ, ਕੱਲ੍ਹ 23 ਸਾਲ ਪੂਰੇ ਮੋਦੀ ਜੀ ਨੂੰ ਹੋ ਗਏ ਨੇ ਉਹਨਾਂ ਨੂੰ ਰਾਜਨੀਤੀ, ਸਕ੍ਰਿਯ ਰਾਜਨੀਤੀ ਦੇ ਵਿੱਚ। 7 ਅਕਤੂਬਰ ਮੇਰੇ ਖਿਆਲ 2001 ਦੇ ਵਿੱਚ ਉਹ ਮੁੱਖ ਮੰਤਰੀ ਬਣੇ ਸੀ ਗੁਜਰਾਤ ਦੇ, ਗੁਜਰਾਤ ਨੂੰ ਇੱਕ ਮਾਡਲ ਬਣਾ ਕੇ ਉਹਨਾਂ ਨੇ ਪੇਸ਼ ਕੀਤਾ, ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ, ਪ੍ਰਧਾਨ ਮੰਤਰੀ 3ਰੀ ਟਰਮ ਦੇ ਵਿੱਚੋਂ ਆ ਗਏ, ਔਰ 3ਰੀ ਟਰਮ ਦੇ ਵਿੱਚ ਆ ਕੇ ਹਰਿਆਣੇ ਦੇ ਵਿੱਚ ਉਹਨਾਂ ਨੇ 3ਰੀ ਵਾਰੀ ਸਰਕਾਰ। ਇਹ ਸਿਰਫ ਨਰਿੰਦਰ ਭਾਈ ਮੋਦੀ ਦੀ ਮਿਹਨਤ ਦਾ ਨਤੀਜਾ। ਪੰਜਾਬ ਅੰਦਰ ਜਾਦੂ ਨਹੀਂ ਚੱਲ ਪਾ ਰਿਹਾ, ਔਰ ਜੰਮੂ ਕਸ਼ਮੀਰ 'ਚ ਵੀ ਜਾਦੂ ਨਹੀਂ ਚੱਲ ਪਾਇਆ। ਪੰਜਾਬ ਦੇ ਵਿੱਚ ਇਸ ਵੇਲੇ ਸਰਕਾਰ ਕਿਹਦੀ ਹੈ? ਆਮ ਆਦਮੀ ਪਾਰਟੀ ਦੀ। ਜਿਹੜੀਆਂ ਯੋਜਨਾਵਾਂ ਉੱਥੋਂ ਆ ਰਹੀਆਂ ਨਾ ਮੋਦੀ ਦੀਆਂ, ਇਹ ਆਮ ਆਦਮੀ ਪਾਰਟੀ ਦੀ ਸਰਕਾਰ ਲਾਗੂ ਹੀ ਨਹੀਂ ਕਰਦੀ ਪਈ। ਇਹ ਬਹੁਤ ਵੱਡਾ ਧੋਖਾ ਹੋ ਰਿਹਾ ਵਾ, ਤੁਸੀਂ ਦੇਖ ਰਹੇ ਹੋ। ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹੋ ਭਾਅ ਜੀ, ਮੈਨੂੰ ਦੱਸੋ ਵੀ ਹਰਿਆਣੇ ਦੇ ਵਿੱਚ ਕਿੰਨੀਆਂ ਸੀਟਾਂ ਉਹਨਾਂ ਨੂੰ ਆਈਆਂ, ਜੰਮੂ ਕਸ਼ਮੀਰ ਦੇ ਵਿੱਚ ਕਿੰਨੀਆਂ ਸੀਟਾਂ ਉਹਨਾਂ ਨੂੰ? ਇਹ ਖਾਤਾ ਹੀ ਨਹੀਂ ਖੁੱਲਿਆ। ਲੋਕ ਬੜੇ ਜਾਗਰੂਕ ਹੋ ਗਏ ਨੇ ਸਿਕੰਦਰ ਜੀ, ਲੋਕਾਂ ਨੂੰ ਪਤਾ ਲੱਗ ਗਿਆ ਵਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਝੂਠੇ ਵਾਅਦੇ ਕਰਕੇ ਆਪਣੀ ਸਰਕਾਰ 92 ਸੀਟਾਂ ਲੈ ਕੇ ਆਈ ਸੀ। ਮੈਂ ਹੁਣ ਦੇਖ ਰਿਹਾ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਤੁਸੀਂ ਇੰਨੀ ਮਿਹਨਤ ਕੀਤੀ ਜਾ ਕੇ ਉੱਥੇ, ਕੇਜਰੀਵਾਲ ਸਾਹਿਬ ਕਹਿ ਕੇ ਆਏ ਉੱਥੇ ਜਾ ਕੇ ਜੀ ਮੈਨੇ ਕੁਰਸੀ ਛੋੜ ਦੀ ਮੁੱਖ ਮੰਤਰੀ ਕੀ ਦਿੱਲੀ ਮੈਂ, ਅਬ ਮੈਂ ਯਹਾਂ ਪੇ ਆ ਕੇ ਕੰਮ ਕਰੂੰਗਾ, ਤਾਂ ਤੁਹਾਨੂੰ ਸੀਟ ਤਾਂ ਇੱਕ ਵੀ ਨਹੀਂ ਲੋਕਾਂ ਨੇ ਉੱਥੇ ਦਿੱਤੀ। ਲੋਕ ਜਨਤਾ ਜਨਾਰਦਨ ਬਹੁਤ ਸਿਆਣੀ ਹੋ ਗਈ ਹੋਈ ਜੇ ਭਾਅ ਜੀ, ਜਨਤਾ ਸਭ ਕੁਝ ਜਾਣਦੀ ਹੈ। ਇਹ ਤਾਂ ਟ੍ਰੇਲਰ ਸੀਗਾ, ਅੱਗੋਂ 2027 ਦੇ ਵਿੱਚ ਮੈਂ ਦਾਅਵੇ ਨਾਲ ਕਹਿੰਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ, ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਬਣੇਗਾ, ਔਰ ਪੰਜਾਬ ਨੂੰ ਵੀ ਆਪਾਂ ਗੁਜਰਾਤ ਵਾਂਗੂ ਮਾਡਲ ਬਣਾਵਾਂਗੇ। ਬਿਲਕੁਲ ਜੀ, ਜਿੱਥੇ ਕਿ ਭਾਜਪਾ ਵੱਲੋਂ ਅੱਜ ਜਸ਼ਨ ਮਨਾਏ ਜਾ ਰਹੇ ਨੇ, ਕਿਉਂਕਿ ਹਰਿਆਣਾ ਵਿਧਾਨ ਸਭਾ ਇਲੈਕਸ਼ਨ ਵਿੱਚ ਭਾਜਪਾ ਨੇ ਭਾਰੀ ਜਿੱਤ ਦਰਜ ਕੀਤੀ ਔਰ ਲਗਾਤਾਰ 3ਰੀ ਦਰਜ ਜਿੱਤ ਕੀਤੀ, ਜਾਣੀ ਕਿ ਹੈਟ੍ਰਿਕ ਦਰਜ ਕੀਤੀ ਹੈ। ਇਸ ਤੋਂ ਬਾਅਦ ਭਾਜਪਾਈਆਂ ਦੇ ਚਿਹਰੇ 'ਤੇ ਜਿੱਥੇ ਕਿ ਖੁਸ਼ੀ ਦਾ ਮਾਹੌਲ ਹੈ, ਔਰ ਲਗਾਤਾਰ ਭਾਜਪਾ ਵੱਲੋਂ ਜਿਹੜਾ ਕਿ ਢੋਲ ਧਮਾਕੇ 'ਤੇ ਭੰਗੜੇ ਪਾਏ ਜਾ ਰਹੇ ਨੇ ਔਰ ਮਿਠਾਈਆਂ ਵੰਡੀਆਂ ਜਾ ਰਹੀਆਂ ਨੇ। ਕੈਮਰਾ ਪਰਸਨ ਵਿਪਨ ਸ਼ਰਮਾ, ਸਿਕੰਦਰ ਪਰਸਰੀਚਾ, ਜਾਨੀ ਸਿਰਾ ਟੀਵੀ, ਅੰਮ੍ਰਿਤਸਰ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।